ਸਤਿ ਸ਼੍ਰੀ ਅਕਾਲ ਜੀ। ਯੂਟਿਊਬ ਚੈਨਲ ਪੰਜਾਬ ਵੈਦਰ ਟੂਡੇ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ, ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਾਂ ਇਸ ਵੀਡੀਓ ਦੇ ਵਿੱਚ। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਅੱਜ ਦੀਆਂ ਪੰਜਾਬ ਦੀਆਂ ਮੁੱਖ ਸਮਾਚਾਰ ਦੇ ਬਾਰੇ, ਵੱਡੀਆਂ ਖਬਰਾਂ ਦੇ ਬਾਰੇ। ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ, ਮਲੇਸ਼ੀਆ 'ਚ ਫਸੇ 113 ਭਾਰਤੀ ਯਾਤਰੀਆਂ ਦੀ ਘਰ ਵਾਪਸੀ ਦੇ ਲਈ ਰਵਾਨਾ ਹਾਈ ਕਮਿਸ਼ਨ। ਹਸਪਤਾਲ ਸਟਾਫ ਨੂੰ ਨਹੀਂ ਰੋਕੇਗੀ ਪੁਲਿਸ, ਅਤੇ ਹਸਪਤਾਲ ਦੀ ਵੀਡੀਓ ਬਣਾਉਣ ਨੌਜਵਾਨ ਨੂੰ ਪਿਆ ਮਹਿੰਗਾ, ਕੀਤਾ ਨਜ਼ਰਮੱਦ। ਸੋ ਪੰਜਾਬ ਅਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਲਈ ਕਰਫਿਊ ਲਾਉਣ ਲਈ ਹੋਏ ਮਜ਼ਬੂਰ ਕੈਪਟਨ। ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਨੱਪ ਦਿਓ ਜੀ, ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ 'ਚ ਪੈਦਾ ਹੋਏ ਜੰਗ ਵਰਗੇ ਹਾਲਾਤਾਂ ਦੇ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ ਇੱਛਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸੋ ਉਹਨਾਂ ਨੇ ਇਹ ਵੀ ਚੇਤਾਵਨੀ ਦਿੰਦੇ ਆਖਿਆ ਕਿ ਸੂਬੇ ਦੇ ਵਡੇਰੇ ਹਿੱਤਾਂ ਲਈ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ, ਅਤੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੁਖਤਾਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਦੇ ਲਈ, ਤੁਹਾਡੇ ਭਲੇ ਦੇ ਲਈ ਮੈਨੂੰ ਮਜਬੂਰਨ ਕਰਫਿਊ ਲਾਉਣ ਦਾ ਕਦਮ ਚੱਕਣਾ ਪਿਆ ਹੈ। ਸੋ ਅੱਜ ਸਵੇਰ ਤੋਂ ਹੀ ਸੂਬਾ ਮੁਕੰਮਲ ਬੰਦ ਦੇ ਅਮਲ ਦੇ ਵਿੱਚ ਆਉਣ ਦੇ ਬਾਵਜੂਦ ਵੀ ਸ਼ਹਿਰਾਂ ਮੁਹੱਲਿਆਂ ਅਤੇ ਕਸਬਿਆਂ ਦੇ ਲੋਕਾਂ ਨੂੰ ਆਮ ਇੱਧਰ ਉੱਧਰ ਫਿਰਨ ਦੀਆਂ ਰਿਪੋਰਟਾਂ ਹਾਸਲ ਹੋ ਰਹੀਆਂ ਹਨ। ਸੋ ਉਸ ਤੋਂ ਬਾਅਦ ਜੀ, ਸੁਖਬੀਰ ਬਾਦਲ ਵੱਲੋਂ ਸਮੂਹ ਪੰਜਾਬੀਆਂ ਨੂੰ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਕਰਫਿਊ ਦੇ ਨਿਯਮਾਂ ਦਾ ਪਾਲਣ ਪੂਰੀ ਤਰ੍ਹਾਂ ਕਰਨ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬਤੌਰ ਅਕਾਲੀ ਦਲ ਅਸੀਂ ਮੁੱਖ ਮੰਤਰੀ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਦੇ ਲਈ ਇਸ ਲੜਾਈ ਵਿੱਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਅਤੇ ਉਹਨਾਂ ਨੇ ਕਿਹਾ ਕਿ ਇਸ ਘੜੀ ਸਾਡੇ ਵਿੱਚੋਂ ਕੋਈ ਵੀ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਨਹੀਂ, ਅਸੀਂ ਸਾਰੇ ਪੰਜਾਬੀ ਹਾਂ ਅਤੇ ਇਸ ਲੜਾਈ ਦੇ ਵਿੱਚ ਸਭ ਮਤਭੇਦ ਭੁਲਾ ਕੇ ਇੱਕ ਹਾਂ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਆਪਣਾ ਰੋਡਵੇਜ਼ ਨੇ ਬੈਕਅਪ 'ਚ ਰੱਖੀਆਂ 15 ਬੱਸਾਂ ਅਲਰਟ ਦੇ ਕਰਕੇ। ਜਿਹੜੀ ਆ ਸਰਕਾਰ ਨੇ ਜਿਹੜਾ ਕਰਫਿਊ ਲਗਾ ਦਿੱਤਾ ਹੈ, ਪਰ ਉਸ ਦੇ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਹੈ, ਅਤੇ ਬੱਸਾਂ ਦੇ ਪਹੀਏ ਥੰਮਣ ਕਾਰਨ ਯਾਤਰੀ ਕਿਤੇ ਵੀ ਸਫ਼ਰ ਨਹੀਂ ਕਰ ਸਕਦੇ। ਅਲਰਟ ਕਾਰਨ ਯਾਤਰੀਆਂ ਦੀਆਂ ਸਹੂਲਤਾਂ ਦੇ ਲਈ ਪੰਜਾਬ ਰੋਡਵੇਜ਼ ਨੇ 15 ਬੱਸਾਂ ਬੈਕਅਪ 'ਚ ਰੱਖੀਆਂ ਹੋਈਆਂ ਹਨ, ਜਿਸ ਨੂੰ ਸਰਕਾਰ ਵੱਲੋਂ ਹੁਕਮ ਪ੍ਰਾਪਤ ਹੋਣ ਦੇ ਕਿਸੇ ਵੀ ਸਮੇਂ ਚਲਾਇਆ ਜਾ ਸਕਦਾ ਹੈ। ਬੱਸਾਂ ਦੇ ਨਾਲ ਨਾਲ ਜਲੰਧਰ ਅਤੇ ਨੇੜਲੇ ਖੇਤਰਾਂ 'ਚੋਂ ਰਹਿਣ ਵਾਲੇ 15 ਦੇ ਲਗਭਗ ਡਰਾਈਵਰ ਅਤੇ ਕੰਡਕਟਰ ਵੀ ਬੈਕਅਪ 'ਚੋਂ ਰੱਖੇ ਗਏ ਹਨ, ਅਤੇ ਉਕਤ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਫੋਨ ਚਾਲੂ ਰੱਖਣ, ਤਾਂ ਜੋ ਕਿਸੇ ਵੀ ਸਥਿਤੀ ਦੇ ਵਿੱਚ ਉਹਨਾਂ ਨੂੰ ਆਸਾਨੀ ਦੇ ਨਾਲ ਬੁਲਾਇਆ ਜਾ ਸਕੇ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਕਰਫਿਊ ਦੌਰਾਨ ਦੁੱਧ ਸਬਜ਼ੀਆਂ ਦੀ ਜਿਹੜੀ ਘਰ ਘਰ ਹੋਵੇਗੀ ਸਪਲਾਈ, ਅਤੇ ਵੇਰਕਾ ਵੱਲੋਂ ਸੁੱਕੇ ਦੁੱਧ ਅਤੇ ਲੰਬੀ ਮਿਆਦ ਵਾਲੇ ਪੈਕਟਾਂ ਦੀ ਸਪਲਾਈ 'ਚੋਂ ਜਿਹੜਾ ਵਾਧਾ ਕਰ ਦਿੱਤਾ ਗਿਆ, ਅਤੇ ਕਰਫਿਊ ਦੌਰਾਨ ਅਖਬਾਰਾਂ ਦੀ ਛਪਾਈ ਅਤੇ ਵੰਡ 'ਤੇ ਨਹੀਂ ਹੋਈ ਰੋਕ। ਯਾਨੀ ਕਿ ਤੁਹਾਨੂੰ ਸਮੇਂ ਸਿਰ ਹੀ ਅਖਬਾਰ ਜਿਹੜੇ ਉਹ ਮਿਲਦੇ ਰਹਿਣਗੇ, ਤੁਸੀਂ ਨਿਊਜ਼ ਆ ਜਿਹੜੀ ਉਹ ਪੜ੍ਹ ਸਕਦੇ ਹੋ। ਸੋ ਹੁਣ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਪੈਟਰੋਲ ਪੰਪਾਂ ਨੂੰ ਲੈ ਕੇ ਰੋਜ਼ਾਨਾ 31 ਮਾਰਚ ਤੱਕ ਜਿਹੜੇ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੀ ਜਿਹੜੇ ਪੈਟਰੋਲ ਪੰਪ ਨੇ
ਉਹ ਖੁੱਲ੍ਹਣ ਕਰਨਗੇ ਜੀ, ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤਾਂ ਦਾ। ਸੋ ਹੁਣ 31 ਮਾਰਚ ਤੱਕ ਸਵੇਰੇ 5 ਵਜੇ ਤੋਂ 9 ਵਜੇ ਤੱਕ ਹੀ ਜ਼ਿਲ੍ਹੇ ਭਰ ਦੇ ਪੰਪ ਖੁੱਲ੍ਹਣਗੇ, ਜਦੋਂ ਕਿ ਉਸ ਤੋਂ ਬਾਅਦ ਐਂਬੂਲੈਂਸ ਸਰਕਾਰੀ ਵਾਹਨਾਂ 'ਚੋਂ ਤੇਲ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਸੋ ਇਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਉਹ ਆ ਰਹੀ ਆ ਕਰਫਿਊ ਦੇ ਚੱਲਦੇ ਸਾਰੀਆਂ ਅਦਾਲਤਾਂ ਬੰਦ, ਸਿਰਫ ਡਿਵੀਜ਼ਨ ਸੈਸ਼ਨ ਜੱਜ ਹੀ ਬੈਠਣਗੇ ਅਤੇ ਹੌਲੇ ਮਹੱਲੇ 'ਤੇ ਡਿਊਟੀ ਨਿਭਾ ਰਹੇ 10 ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵੱਲੋਂ ਘਰ 'ਚੋਂ ਹੀ ਰਹਿਣ ਦੇ ਮਿਲੇ ਆਦੇਸ਼, ਅਤੇ ਟਰੰਪ ਨੇ ਬਿਨਾਂ ਦਸਤਾਵੇਜ਼ ਰਹਿ ਰਹੇ ਇਮੀਗ੍ਰੇਟਾਂ ਨੂੰ ਲੈ ਕੇ ਕੀਤਾ ਐਲਾਨ, ਅਤੇ ਦੁੱਧ ਸਪਲਾਈ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿਰਧਾਰਿਤ ਕੀਤਾ ਸਮਾਂ। ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਕਿ ਚੁੱਪ ਚਪੀਤੇ ਸ਼੍ਰੀ ਦਰਬਾਰ ਸਾਹਿਬ ਆ ਰਹੇ NRI ਕਮੇਟੀ ਦੀਆਂ ਵਧੀਆਂ ਮੁਸ਼ਕਲਾਂ। ਸੋ ਜੰਗਰਾਓ ਤੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਜੀ, ਉੱਥੇ ਵੀ ਇੱਕ ਕਰੋਨਾ ਦਾ ਸ਼ੱਕੀ ਮਰੀਜ਼ ਮਿਲ ਰਿਹਾ ਹੈ। ਸੋ ਦੋਸਤੋ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਲਿੰਕ ਪਿੰਨ ਕੀਤਾ ਹੋਇਆ, ਜਿਸ ਨੂੰ ਕਲਿੱਕ ਕਰਕੇ ਤੁਸੀਂ ਮਾਸਕ ਖਰੀਦ ਸਕਦੇ ਹੋ ਜੀ। 12 ਮਾਸਕ ਦਾ ਪੈਕਟ ਤੁਹਾਡੇ ਵਾਸਤੇ ਜਿਹੜਾ ਉੱਥੇ ਹੈ ਬਹੁਤ ਹੀ ਸਸਤੇ ਦਾਮ ਦੇ ਵਿੱਚ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਕੈਪਟਨ ਸਰਕਾਰ ਨੇ ਜਿਹੜਾ ਲਾਇਆ ਹੋਇਆ ਹੈ ਕਰਫਿਊ, ਉਸ ਦੇ ਬਾਰੇ ਉਹਨਾਂ ਨੇ ਇੱਕ ਵੀਡੀਓ ਕਾਨਫਰੰਸ ਦੇ ਰਾਹੀਂ ਜਿਹੜਾ ਇੱਕ ਖਾਸ ਜਾਣਕਾਰੀ, ਅਹਿਮ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਆ। ਸੋ ਉਹਨਾਂ ਨੇ ਕਿਹਾ ਕਿ ਲੋਕ ਸਮਝਦੇ ਨਹੀਂ, ਜਿਸ ਦੇ ਕਾਰਨ ਕਾਫੀ ਲੋਕ ਜਿਹੜੇ ਬਾਹਰ ਗਲੀਆਂ ਮੁਹੱਲਿਆਂ ਦੇ ਵਿੱਚ ਘੁੰਮ ਰਹੇ ਸੀ, ਅਤੇ ਉਹਨਾਂ ਨੂੰ ਜਿਹੜਾ ਨਜ਼ਰਬੰਦ ਕਰਨ ਦੇ ਲਈ ਇਹ ਅਚਾਨਕ ਉਹਨਾਂ ਨੂੰ ਕਰਫਿਊ ਵੀ ਲਾਉਣਾ ਪਿਆ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਉਹ ਆ ਰਹੀ ਆ ਕਾਰ ਅਤੇ ਮੋਟਰਸਾਈਕਲ ਦੇ ਟੱਕਰ ਦੇ ਵਿੱਚ ਇੱਕ ਦੀ ਜਿਹੜੀ ਮੌਤ ਹੋ ਗਈ, ਅਤੇ ਕੈਨੇਡਾ ਤੋਂ ਇਸ ਟਾਈਮ ਵੱਡੀ ਖਬਰ ਆ ਰਹੀ ਹੈ ਜੀ, ਕਰੋਨਾ ਦੇ ਨਾਲ ਨਜਿੱਠਣ ਲਈ ਅੱਗੇ ਆਇਆ ਸਿੱਖ ਸੰਗਠਨ, ਖੋਲ੍ਹਿਆ ਫੂਡ ਬੈਂਕ। ਸੋ ਅੰਮ੍ਰਿਤਸਰ 'ਚੋਂ ਜਿਹੜਾ ਜੀ, ਉੱਥੇ ਵੀ ਇੱਕ ਕਰੋਨਾ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ, ਹਾਲੇ ਤੱਕ ਕੋਈ ਪ੍ਰੋਪਰ ਰਿਪੋਰਟ ਨਹੀਂ ਮਿਲ ਸਕੀ। ਅਤੇ ਇੱਕ ਹੋਰ ਖਬਰ ਮਿਲ ਰਹੀ ਹੈ ਜੀ, ਸਰਹੱਦਾਂ ਦੇ ਰਾਖਿਆ ਦੀ ਸੁਰੱਖਿਆ ਲਈ BSF ਨੇ ਚੁੱਕੇ ਅਹਿਮ ਕਦਮ, ਅਤੇ ਪੰਜਾਬ ਦੇ ਵਿੱਚ ਆ ਜਿਹੜਾ ਉਹ ਮ੍ਰਿਤਕ ਬਲਦੇਵ ਸਿੰਘ ਦੇ ਪੋਤੇ ਦੀ ਰਿਪੋਰਟ ਆ ਜਿਹੜੀ, ਉਹ ਵੀ ਪੋਜ਼ਿਟਿਵ ਆ ਚੁੱਕੀ ਹੈ ਜੀ। ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਅਤੇ ਬਰਨਾਲਾ ਦੇ ਲਈ ਕੀਤੇ ਵੱਡੇ ਐਲਾਨ, ਅਤੇ ਪੰਜਾਬ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਕਰਫਿਊ ਉਹ ਲੱਗ ਚੁੱਕਾ ਹੈ। ਸੋ ਜੇ ਗੱਲ ਕਰੀਏ ਜੀ ਸੁਖਦੇਵ ਸਿੰਘ ਬਰਨਾਲਾ ਦੀ, ਉਹਨਾਂ ਨੇ ਜਿਹੜਾ ਕਾਫੀ ਵੱਡਾ ਐਲਾਨ ਕਰ ਦਿੱਤਾ ਹੈ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਬਚਾਅ ਦੇ ਲਈ ਘਰ ਦੇ ਵਿੱਚ ਹੀ ਤੁਸੀਂ ਹੈਂਡ ਸੈਨੇਟਰਾਈਜ਼ ਜਿਹੜਾ ਤਿਆਰ ਕਰ ਸਕਦੇ ਹੋ, ਔਰਡਰ ਵੀ ਤੁਸੀਂ ਔਨਲਾਈਨ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਅਤੇ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਸੋ ਗ੍ਰਹਿ ਮੰਤਰਾਲੇ ਦੀ ਸੂਬਿਆਂ ਨੂੰ ਐਡਵਾਈਜ਼ਰੀ, ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ 'ਤੇ ਕਰੋ ਕਾਰਵਾਈ, ਅਤੇ PM ਮੋਦੀ 25 ਮਾਰਚ ਨੂੰ ਵਾਰਾਣਸੀ ਦੇ ਲੋਕਾਂ ਨਾਲ ਕਰਨਗੇ ਗੱਲ। ਅਤੇ ਉਸ ਤੋਂ ਬਾਅਦ ਆ ਜੀ ਹੋਰ ਵੱਡੀ ਖਬਰ ਆ ਰਹੀ ਹੈ ਜੀ ਹਰਿਆਣਾ ਤੋਂ, ਜਿੱਥੇ ਕੱਲ੍ਹ 15 ਜ਼ਿਲ੍ਹਿਆਂ ਦੇ ਵਿੱਚ CM ਖੱਟੜ ਨੇ ਲੋਕਡਾਊਨ ਕਰ ਦਿੱਤਾ ਜੀ, ਅਤੇ ਲੱਦਾਖ 'ਚੋਂ ਵੀ 31 ਮਾਰਚ ਤੱਕ ਜਿਹੜਾ ਲੋਕਡਾਊਨ ਆ, ਅਤੇ ਬਿਹਾਰ ਦੇ ਲਈ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਗਿਆ ਜੀ, ਮੁਫਤ ਰਾਸ਼ਨ ਅਤੇ ਐਡਵਾਂਸ ਪੈਨਸ਼ਨਾਂ ਉੱਥੋਂ ਦੇ ਮੁੱਖ ਮੰਤਰੀ ਵੰਡਣਗੇ ਹੁਣ। ਅਤੇ ਉੱਧਰੋਂ ਪੰਜਾਬ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਵੀ ਜਿਹੜਾ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ। ਅਤੇ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਆ ਉਹ ਪੰਜਾਬ ਤੋਂ ਆ ਰਹੀ ਆ ਜੀ, ਜਿੱਥੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਅਤੇ ਬਰਨਾਲਾ ਦੇ ਲਈ ਵੱਡੇ ਐਲਾਨ ਕੀਤੇ। ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਵੱਡੇ ਐਲਾਨ ਕੀਤੇ ਹਨ, ਉਹਨਾਂ ਦੇ ਵਿੱਚ ਉਹਨਾਂ ਨੇ ਸੂਬੇ ਸਰਕਾਰ ਨੂੰ ਜਿਹੜਾ ਸੂਬੇ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਪੂਰੀ ਤਰ੍ਹਾਂ ਘਰੋਂ ਨਾ ਨਿਕਲਣ ਦੀ ਰੋਕ ਲਾਈ ਗਈ ਹੈ, ਉਸ ਦੇ ਮੁਤਾਬਕ ਸਖਤੀ ਦੇ ਨਾਲ ਉਹਨਾਂ ਨੇ
ਇਸ ਜਿਹੜੀ ਬਿਮਾਰੀ ਨੂੰ ਫੈਲਣ ਦੇ ਲਈ ਇਹ ਐਲਾਨ ਕੀਤਾ ਅਤੇ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਸੰਗਰੂਰ ਅਤੇ ਬਰਨਾਲਾ ਦੋਵਾਂ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਲਈ 2 ਵੈਂਟੀਲੇਟਰ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਅਤੇ 15-15 ਲੱਖ ਵਾਲੇ ਇਹ ਕੀਮਤ ਵਾਲੇ ਇਹ ਦੋਵੇਂ ਵੈਂਟੀਲੇਟਰ ਜਲਦੀ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚ ਜਾਣਗੇ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਕਰਫਿਊ ਤੋਂ ਬਾਅਦ ਜਲੰਧਰ ਪੁਲਿਸ ਦੀ ਸਖਤੀ, ਨਿਯਮ ਤੋੜਨ ਵਾਲਿਆਂ ਨੂੰ ਬਣਾਇਆ ਮੁਰਗਾ। ਸੋ ਤੁਸੀਂ ਕੱਲ੍ਹ ਇਹ ਵੀਡੀਓ ਦੇਖੀਆਂ ਹੀ ਹੋਣਗੀਆਂ। ਸੋ ਪੰਜਾਬ ਦੇ ਜਿਹੜੇ ਹਾਲਤ ਨੇ ਉਹ ਬੜੇ ਹੀ ਨਾਜ਼ੁਕ ਬਣੇ ਹੋਏ ਨੇ ਅਤੇ ਲੋਕ ਘਰਾਂ ਦੇ ਵਿੱਚ ਬੈਠ ਕੇ ਅਰਦਾਸਾਂ ਕਰ ਰਹੇ ਨੇ। ਸੋ ਵਿਦੇਸ਼ੋਂ ਪਰਤੇ ਵਿਅਕਤੀਆਂ ਦੇ ਘਰ ਦੇ ਬਾਹਰ ਲਾਏ ਗਏ ਰੈੱਡ ਸਟਿੱਕਰ, ਸੋ ਇਹ ਵੀ ਇਸ ਵੇਲੇ ਦੀ ਬੜੀ ਵੱਡੀ ਖਬਰ ਆ ਰਹੀ ਹੈ ਜੀ। ਸੁਖਪਾਲ ਖਹਿਰਾ ਦੇ ਵੱਲੋਂ ਖੁਲਾਸਾ, ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਪਰਤੀ ਬੀਬੀ ਜਗੀਰ ਕੌਰ, ਸੋ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਪਰ, ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਜਿੱਥੇ ਹੀ ਕਾਫੀ ਪਿਛਲੇ 15 ਦਿਨਾਂ ਤੱਕ ਉਹਨਾਂ ਨੇ ਘਰ ਦੇ ਵਿੱਚ ਜਿਹੜੀ ਆਪਣਾ ਬੀਬੀ ਜਗੀਰ ਕੌਰ ਇਨ ਇਟਲੀ, ਜਿਹੜਾ ਉਹਨਾਂ ਨੇ ਇੱਕ ਸਕਰੀਨਸ਼ੋਟ ਵੀ ਸ਼ੇਅਰ ਕੀਤਾ ਅਤੇ ਜਿਸ ਦੇ ਵਿੱਚ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ 2 ਫਰਵਰੀ-2 ਮਾਰਚ 'ਚ ਇਟਲੀ ਅਤੇ ਯੂਰਪ ਦੇ ਹੋਰ ਦੇਸ਼ਾਂ ਦੀ ਸੈਰ ਕਰਕੇ ਆਏ ਹਨ। ਅਤੇ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਬੀਬੀ ਜਗੀਰ ਕੌਰ 3 ਮਹੀਨੇ ਇਟਲੀ ਸਮੇਤ ਯੂਰਪ ਦੇ ਮੁਲਕਾਂ ਦੇ ਦੌਰੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਹੀ ਵਾਪਸ ਆਏ ਹਨ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਦਾ ਨਾ ਤਾਂ ਕਿਸੇ ਪ੍ਰਕਾਰ ਦਾ ਮੈਡੀਕਲ ਚੈੱਕਅਪ ਕਰਾਇਆ ਅਤੇ ਨਾ ਹੀ ਖੁਦ ਨੂੰ ਆਈਸੋਲੇਟ ਕੀਤਾ। ਜੇਕਰ ਖੁਦ ਨੂੰ ਜ਼ਿੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਇਸ ਪ੍ਰਕਾਰ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਫਿਰੋਜ਼ਪੁਰ ਭਾਰਤ ਪਾਕਿਸਤਾਨ ਸਰਹੱਦ ਤੋਂ 5 ਕਰੋੜ 20 ਲੱਖ ਦੀ ਹੈਰੋਇਨ ਸਣੇ ਇੱਕ ਤਸਕਰ ਜਿਹੜਾ ਕਾਬੂ ਕੀਤਾ ਗਿਆ ਅਤੇ ਖਿਲਾਫ ਜਿਹੜੀ ਪ੍ਰਸ਼ਾਸਨ ਦੀ ਜੰਗ ਵੀ ਆ ਅਤੇ ਨਗਰ ਕੌਂਸਲ ਦੇ ਵੱਲੋਂ ਕਸਬੇ ਦੇ ਸੈਨੇਟਾਈਜੇਸ਼ਨ ਦੇ ਹੁਕਮ ਜਾਰੀ ਅਤੇ ਕਰਫਿਊ ਕਾਰਨ ਮਾਂ ਦੀਆਂ ਅਸਥੀਆਂ ਤਾਰਨ ਦੀ ਵੀ ਨਹੀਂ ਮਿਲੀ ਇਜਾਜ਼ਤ। ਅਤੇ ਉਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, 102 ਸਾਲ ਪਹਿਲਾਂ ਇਸ ਫਲੂ ਨਾਲ ਹੁਸ਼ਿਆਰਪੁਰ 'ਚ ਹੋਈਆਂ ਸਨ 23,000 ਤੋਂ ਵੀ ਵੱਧ ਮੌਤਾਂ ਅਤੇ ਹੋਲੇ ਮਹੱਲੇ 'ਚੋਂ ਸ਼ਿਰਕਤ ਕਰਨ ਵਾਲੀ ਸੰਗਤ ਦੀ ਸ਼ਨਾਖਤ ਕਰਕੇ ਹੋਵੇਗੀ ਜਾਂਚ। ਇਹ ਵੀ ਇੱਕ ਕਾਫੀ ਵੱਡੀ ਖਬਰ ਆ ਰਹੀ ਹੈ ਜੀ। ਅਤੇ ਇਸ ਤੋਂ ਬਾਅਦ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, 3 ਦਿਨ ਪਹਿਲਾਂ ਦੁਬਈ ਤੋਂ ਆਏ ਵਿਅਕਤੀ ਨੇ ਸਿਹਤ ਵਿਭਾਗ ਨੂੰ ਪਾਈਆਂ ਭਾਜੜਾਂ ਅਤੇ ਪੰਜਾਬ 'ਚੋਂ ਜਿਹੜੇ ਕਰਫਿਊ ਲੱਗਣ ਤੋਂ ਬਾਅਦ ਜਲੰਧਰ DC ਨੇ ਦਿੱਤੇ ਸਖਤ ਹੁਕਮ ਅਤੇ ਬੇਬੇ ਨਾਨਕੀ ਜੀ ਦੇ ਜਨਮ ਉਤਸਵ ਸਮਾਗਮ ਅਤੇ ਧੀਆਂ ਦੇ ਵਿਆਹ ਜਿਹੜੇ ਉਹ ਮੁਲਤਵੀ ਕਰ ਦਿੱਤੇ ਗਏ ਹਨ ਵਾਇਰਸ ਦੇ ਮੱਦੇਨਜ਼ਰ। ਸੋ ਉਸ ਤੋਂ ਬਾਅਦ ਜਿਹੜੀ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਦੇਸ਼ਾਂ 'ਚੋਂ ਰਹਿੰਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਅਤੇ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ, ਉਹ ਆ ਰਹੀ ਆ ਪੰਜਾਬ ਸਰਕਾਰ ਦੇ ਵੱਡੇ ਐਲਾਨ। ਸੋ ਇਸ ਵੀਡੀਓ ਦੇ ਵਿੱਚ ਬੈਂਕ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਸਿਰਫ ਮਿਲਣਗੀਆਂ ਇਹ ਸਹੂਲਤਾਂ ਜਿਹੜੀ ਬੈਂਕਾਂ ਦੇ ਵੱਲੋਂ। ਜੇਕਰ ਤੁਸੀਂ ਜਾ ਰਹੇ ਹੋ ਆਪਣੇ ਬੈਂਕ ਦੇ ਵਿੱਚ ਸੰਬੰਧਿਤ ਜ਼ਰੂਰੀ ਕੰਮ, ਤਾਂ ਤੁਸੀਂ ਬੈਂਕ ਜਾ ਰਹੇ ਹੋ ਤਾਂ ਤੁਹਾਡੇ ਲਈ ਜਿਹੜੀ ਅੱਜ ਬਹੁਤ ਜ਼ਰੂਰੀ ਖਬਰ ਆ। ਸੋ ਦੇਸ਼ ਭਰ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਲੋਕਡਾਊਨ ਅਤੇ ਪੰਜਾਬ ਸੂਬੇ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਜਿਹੜੀਆਂ ਸਹੂਲਤਾਂ ਨੇ ਉਹ ਬੈਂਕ ਦੇ ਵਿੱਚ ਹੁਣ ਕੈਸ਼ ਡਿਪਾਜ਼ਿਟ, ਵਿਡਰਾਲ, ਚੈੱਕ ਕਲੀਅਰਿੰਗ, ਰੈਮੀਟੈਂਸ, ਸਰਕਾਰੀ ਲੈਣ ਦੇਣ ਦਾ ਹੀ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸ ਦੌਰਾਨ ਬੈਂਕ ਤੋਂ ਲੋਨ ਲੈਣਾ ਚਾਹੁੰਦੇ ਹੋ ਜਾਂ ਮੌਜੂਦਾ ਲੋਨ ਦੀਆਂ ਸ਼ਰਤਾਂ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਅੱਜ ਤੋਂ ਇਹ ਸਾਰੀਆਂ ਸਾਰੇ ਹੀ ਬੈਂਕਾਂ ਦੇ ਵਿੱਚ ਬੰਦ ਕਰ ਦਿੱਤੀਆਂ ਜਾਣਗੀਆਂ। ਸੋ ਉਸ ਤੋਂ ਬਾਅਦ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ
ਤੁਸੀਂ ਜ਼ਰੂਰੀ ਬੈਂਕਿੰਗ ਸੇਵਾਵਾਂ ਲਗਾਤਾਰ ਅਸੀਂ ਮੁਹੱਈਆ ਕਰਵਾ ਰਹੇ ਹਾਂ। ਤੁਸੀਂ ਸਾਡੀ ਅਪੀਲ ਹੈ ਕਿ ਸ਼ਾਖਾਵਾਂ ਦੇ ਵਿੱਚ ਤਾਂ ਹੀ ਆਓ ਜਦੋਂ ਬਹੁਤ ਜ਼ਰੂਰੀ ਕੰਮ ਹੋਵੇ। ਸਾਡੇ ਕਰਮਚਾਰੀ ਤੁਹਾਡੀ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਅਸੀਂ ਤੁਹਾਡੇ ਕੋਲੋਂ ਅਜਿਹੀ ਸਥਿਤੀ ਦੇ ਵਿੱਚ ਸਹਾਇਤਾ ਮੰਗਦੇ ਹਾਂ। ਸੋ ਦੋਸਤੋ, ਇਹ ਸੀ ਜੀ ਪੰਜਾਬ ਸੂਬੇ ਦੀਆਂ ਅੱਜ ਸਵੇਰ ਦੀਆਂ ਲਗਭਗ ਖਾਸ ਖਾਸ ਮੁੱਖ ਖਬਰਾਂ। ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ। ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।